ਸੌ ਦੁਕਾਨਾਂ ਨੇ, ਸੌ ਦੁਕਾਨਾਂ ਨੇ ਕਿਸੇ ਕੋਲ ਤਰੱਕੀ ਵਹਾਓ ਕੀ 3 ਕਰੋੜ ਦੀ ਦੁਕਾਨ ਉਹਦੀ, ਬਾਲ ਬੱਚੇ ਕੰਮ ਕਰਦੇ, ਬੱਚਾ ਛੱਡ ਕੇ ਸੋਦੀਆ ਚਲਾ ਗਿਆ, ਕਹਿੰਦੇ ਜੀ ਇੱਥੇ ਕੰਮ ਨੀ ਹੈਗਾ, 3 ਕਰੋੜ ਦੀ ਦੁਕਾਨਾਂ ਰੱਖ ਕੇ ਲੋਕੀ ਜਾ ਰਹੇ ਭਾਈ, ਕਹਿੰਦਾ ਤਰੱਕੀ ਹੋ ਰਹੀ ਹੈ, ਤਰੱਕੀ ਹੋ ਰਹੀ ਹੈ, ਤਰੱਕੀ ਬਿੱਲ ਦੱਸੋ ਜਰਾ, ਤੁਸੀਂ ਲੋਕਾਂ ਦੇ ਘਰੇ ਜਾ ਕੇ ਬਿੱਲ ਦੇ ਰਹੇ ਹੋ, ਤੁਸੀਂ ਏਸੀ ਬੰਦ ਯਾਰ, ਏਸੀ ਬੰਦ ਕਰੋ, ਉਹ ਕਿਸੇ ਏਸੀ ਤੋਂ ਬਗੈਰ ਬਿੱਲ ਨਹੀਂ ਜੀ ਜਾ ਰਿਹਾ, ਇੱਕ ਯੂਨਿਟ ਕਿੰਨੇ ਦਾ, ਇੱਕ ਯੂਨਿਟ ਕਿੰਨੇ ਦਾ, ਅੱਛਾ ਜੋ ਇਹਨਾਂ ਦਾ, ਅੱਛਾ ਜੋ ਏਸੀ ਚੜਿਆ, ਇੱਕ ਯੂਨਿਟ 60,000 ਬਿੱਲ ਆਇਆ, ਹੁਣ ਇਸਤੇਮਾਲ ਹੋ ਰਿਹਾ, ਹੁਣ ਬੰਦ ਕਰਤਾ ਏਸੀ, ਘਰੇ ਚਲਾ ਰਿਹਾ, ਕਿਸ ਇਸਤੇਮਾਲ ਕਰਨਾ ਚਾਹੁੰਦੇ, ਇੱਕ ਯੂਨਿਟ ਕਿੰਨੇ ਦਾ, ਇੱਕ ਯੂਨਿਟ ਕਿੰਨੇ ਦਾ, ਯੂਨਿਟ ਬਾਅਦ 10 ਰੁਪਏ ਦਾ, ਹਾਂ 50 ਦਾ, 10 ਰੁਪਏ ਦਾ, 80 ਰੁਪਏ ਦਾ ਯੂਨਿਟ, ਯਾਰ ਮੱਛੀ ਬਾਅਦ 200, ਤੁਸੀਂ ਵਿੱਚ ਦੀ ਗੱਲ ਕਰੋ, ਆਸ਼ਿਕ ਨਵਾਜ਼, 1 ਸੈਕਿੰਡ, ਇੱਕ ਸੈਕਿੰਡ, ਆ ਵਿੱਚ ਦੀ ਗੱਲ, ਵਿੱਚ ਦੀ ਗੱਲ ਕਰੋ, ਆਸ਼ਿਕ ਇਹਨਾਂ ਦੇ ਆਸ਼ਿਕ ਹੈ, ਆਸ਼ਿਕ ਨਹੀਂ, ਇਹਨਾਂ ਦੇ ਮੱਥੇ ਤੇ ਸੀ, ਨਵਾਜ਼ ਸ਼ਰੀਫ ਦਾ ਮਫਾਦ ਪ੍ਰਸਤ, ਮਫਾਦ ਪ੍ਰਸਤ ਲੋਕ ਪਸੰਦ ਕਰਦੇ ਨੇ ਜਿਨ੍ਹਾਂ ਨੂੰ ਉਹਨਾਂ ਨਾਲ ਕੋਈ ਮਫਾਦ ਹੋਏਗਾ, ਜਿਹਨੂੰ ਆਵਾਮ ਨਾਲ ਮੁਹੱਬਤ ਹੋਏਗੀ ਉਹ ਇਹਨਾਂ ਨਾਲ ਨਫ਼ਰਤ ਕਰੇਗਾ, ਜਿਹਨੂੰ ਆਵਾਮ ਨਾਲ ਮੁਹੱਬਤ ਹੋਏਗੀ ਉਹ ਇਹਨਾਂ ਨਾਲ ਨਫ਼ਰਤ ਕਰੇਗਾ, ਜਿਹਨੂੰ ਉਹਨਾਂ ਨਾਲ ਮਫਾਦ ਹੋਏਗਾ, ਫਿਰ ਦੱਸੋ ਜਰਾ ਬਲਾਲ ਭਾਈ, ਜਿਹੜਾ ਗਰੀਬ ਆਦਮੀ 20,000 ਰੁਪਏ ਤਨਖਾਹ ਹੁੰਦੀ ਉਹਦਾ 15,000 ਰੁਪਏ ਬਿੱਲ ਆ ਗਿਆ, ਦੇ ਕੱਪੜੇ ਦੇਖੋ, ਮੈਨੂੰ ਇਹ ਦੱਸੋ ਇਹਨਾਂ ਨੂੰ ਕੌਣ ਸਮਝਾਏ, ਇਹਨਾਂ ਕਾਰੋਬਾਰ ਪੁੱਛੋ ਕੀ ਇਹਨਾਂ ਦਾ, ਕੀ ਇਹ ਮਜ਼ਦੂਰੀ ਕਰਦੇ, ਕੀ ਕਾਰੋਬਾਰ ਹੈ, ਕਮੀਆਂ ਸਾਹਿਬ ਨਾਲ ਮੁਹੱਬਤ ਕਰਦੇ ਨੇ ਕਾਰੋਬਾਰ, ਕਹੋ ਮੈਂ ਕਮੀਆਂ ਦਾ ਆਸ਼ਿਕ ਆ, ਮੇਰਾ ਕਾਰੋਬਾਰ ਸ਼ਿਕਾਇਤ ਨੂੰ ਆਸ਼ੀ ਦਾ, ਤੇ ਮੇਰਾ ਕਾਰੋਬਾਰ ਵੀ ਹੈ, ਕਾਰੋਬਾਰ ਵੀ ਹੈ, ਜੀਨਾ ਮਰਨਾ ਮੀਏ ਦੇ ਨਾਲ, ਮੀਏ ਦੇ ਨਾਲ, ਅੱਲਾ ਰੋਜ਼ੇ ਮਹਿਸ਼ਰ, 1 ਸੈਕਿੰਡ, ਮਰਨ ਲੱਗੇ ਨੇ, ਅੱਲਾ ਰੋਜ਼ੇ ਮਹਿਸ਼ਰ ਮੈਨੂੰ ਮੀਏ ਦੇ ਨਾਲ ਚੁੱਕੇ, ਇਹ ਕਹੋ ਜਿਹੜਾ ਮੀਏ ਦੇ ਮਾਲ, ਅੱਲਾ ਮੇਰੇ ਪੱਲੇ ਪੱਲੇ ਪਾਏ, ਪੱਲੇ ਪਾਏ, ਇਹ ਲਾਵੇ ਗਏ, ਕਲਮਾ ਪੜੋ, ਕਲਮਾ ਪੜੋ, ਕਿ ਉਹ ਬੰਦਾ ਸੱਚੇ ਨਹੀਂ ਆ, ਨਹੀਂ ਮੇਰੇ ਕੋਲ ਕਲਮਾ ਨਾ ਪੜੋ, ਕਿ ਉਹਨਾਂ ਦੀ ਵਜ੍ਹਾ ਤੋਂ ਜਿਹੜੀਆਂ ਦਿਲ ਦੀ ਵਜ੍ਹਾ ਖੁਦਕੁਸ਼ੀਆਂ ਹੋ ਗਈਆਂ ਉਹਨਾਂ 'ਚ ਵੀ ਫਿਰ ਸ਼ਾਮਲ ਹੋਏਗਾ, ਆਸ਼ਿਕ ਗੁਜਰਾਂ ਵਾਲੇ ਜਿਹੜਾ ਭਰਾ ਨੇ ਭਰਾ ਨੂੰ ਕਤਲ ਕਰ ਦਿੱਤਾ, ਜਦੋਂ ਇਸ਼ਕ ਹੋਏ ਫਿਰ ਹਰ ਚੀਜ਼ ਬਰਦਾਸ਼ਤ ਹੋਏਗੀ, ਇਸ਼ਕ ਹੋਏ ਹਰ ਮਰਜ਼ੀ ਨਿਭਾ, ਸਿਰਫ ਆਪਣੀ ਬੇਟੀ ਨੂੰ ਵਜ਼ੀਰੇ ਆਲਾ ਬਣਾਉਣ ਵਾਸਤੇ ਪੂਰਾ ਮੁਲਕ ਦਾ ਉੱਤੇ ਲਾਤਾ, ਉਹਨੂੰ ਟਿਕਟੋਕ ਹੀ ਬਣਾਉਣਾ ਸੀ, ਉਹਨੂੰ ਕਿਸੇ ਫਿਲਮ ਇੰਡਸਟਰੀ 'ਚ ਭੇਜ ਦਿੰਦੇ ਯਾਰ, ਉਹ ਸਾਡੀ ਜਾਨ ਤੇ ਛੁੱਟ ਜਾਂਦੀ, ਆਪਣੀ ਸੀਟ ਨਹੀਂ ਜਿਹੜੀ ਦੇ ਸਕਦੀ, ਉਹਨੂੰ ਤੁਸੀਂ ਸਾਡੇ ਦਾ ਵਜ਼ੀਰੇ ਆਲਾ ਮੁਸੱਲਤ ਕਰ ਦਿੱਤਾ ਜੇ, ਉਹ ਖੁਦਾ ਦਾ ਹੋਫ ਕਰ ਦਿਓ, ਮਾਫੀ ਕਰ ਦਿਓ, ਮੈਂ ਅੱਜ ਫਿਰ ਬੜੇ ਇੱਜ਼ਤ ਬੜੇ ਇਹਤਰਾਮ ਦੇ ਨਾਲ ਆਵਾਮ ਨੂੰ ਇਹ ਲੋਕ ਨਹੀਂ ਮਨਜ਼ੂਰ ਦੇ, ਕਿਉਂਕਿ ਅਗਰ ਆਵਾਮ ਨੂੰ ਇਹ ਲੋਕ ਮਨਜ਼ੂਰ ਹੁੰਦੇ ਤੇ 8 ਫਰਵਰੀ ਇਹਨਾਂ ਨੂੰ ਪਤਾ ਚੱਲ ਜਾਂਦਾ, 17 ਸੀਟਾਂ ਵਾਲਿਆਂ ਨੂੰ ਤੁਸੀਂ ਵਜ਼ੀਰੇ ਆਜ਼ਮ ਬਣਾਤਾ, 37 ਸੀਟਾਂ ਵਾਲਿਆਂ ਨੂੰ ਤੁਸੀਂ ਵਜ਼ੀਰੇ ਆਲਾ ਬਣਾਤਾ, ਉਹ 34 ਸੀਟਾਂ ਵਾਲਿਆਂ ਨੂੰ ਤੁਸੀਂ ਸਦਰ ਬਣਾਤਾ, ਉਹ ਪਾਕਿਸਤਾਨ ਨੂੰ ਤੁਸੀਂ ਮਜ਼ਾਕ ਸਮਝਿਆ, 2 ਦਿਨ ਰਿਜ਼ਲਟ ਹੀ ਨਹੀਂ ਆਇਆ, 2 ਦਿਨ ਰਿਜ਼ਲਟ ਨਹੀਂ, ਪਾਕਿਸਤਾਨ ਨੂੰ ਤੁਸੀਂ ਮਜ਼ਾਕ ਸਮਝਿਆ, ਗੁੱਡੀ ਗੁੱਡੇ ਦਾ ਖੇਲ, ਇਹਨੂੰ ਬਣਾ ਦਿਓ, ਇਹਨੂੰ ਬਣਾ ਦਿਓ, ਇਹਨੂੰ ਬਣਾ ਦਿਓ,
ਆਵਾਮ ਸਾਰੀ ਇੱਥੇ ਲੁੱਟਦੀ ਪਈ ਹੈ, ਲੋਕ ਖੁਦਕੁਸ਼ੀਆਂ ਕਰਦੇ ਪਏ ਨੇ, ਫਾਕੇ ਲੋਕਾਂ ਦੇ ਘਰਾਂ 'ਚ ਆਏ ਨੇ। ਲੋਕਾਂ ਯਕੀਨ ਕਰੋਗੇ, ਜਬ ਜਬ ਵੀ ਗੁਰਬਤ ਆਤੀ ਨਾ, ਲੋਕੋ ਕੀ ਇੱਜ਼ਤ ਨਿਲਾਮ ਹੋਤੀ ਹੈ। ਬਿੱਲ ਦੇਣੇ ਕੀ ਵਜ੍ਹਾ ਸੇ ਅੱਲਾ ਮਾਫ ਕਰੇ, ਅਸਤਗਫਿਰੁੱਲਾ, ਮੈਨੇ ਕਈ ਐਸੇ ਪ੍ਰੋਗਰਾਮ ਦੇਖੇ। ਤੁਹਾਡੀ ਵਜ੍ਹਾ ਤੋਂ 24 ਲੱਖ ਬੰਦਾ ਬਾਹਰ ਚਲਾ ਗਿਆ, ਤੁਹਾਡੀ ਵਜ੍ਹਾ ਤੋਂ, ਔਰ ਸਾਡੀ ਵਜ੍ਹਾ ਤੋਂ, ਔਰ ਤੁਸੀਂ ਪਾਸਪੋਰਟ ਬਲੈਕ ਕਰਦੇ ਪਏ ਹੋ। 90% ਲੋਕ ਮੁਲਕ ਸੇ ਬਾਹਰ ਜਾਣਾ ਚਾਹ ਰਹੇ ਹੈ। ਯੇ ਮੈਂ ਕੈਮਰੇ ਮੇ 94% ਲੋਕ, ਮੈਂ ਆ ਰਹਾ ਹਾਂ, ਮੈਂ ਔਰ ਕੈਮਰਾ ਆ ਰਹਾ ਹਾਂ, ਚਾਚੂ ਇੱਕ ਸੈਕਿੰਡ, ਮੇਰੇ ਬਾਤ ਗਲਤ ਹੋ ਤਾਂ ਮੁਝੇ ਜੋ ਸਜ਼ਾ ਦੇਣਗੇ। 94% ਲੋਕ ਇਹ ਮੁਲਕ ਛੋੜ ਕੇ ਜਾਣਾ ਚਾਹ ਰਹੇ ਹੈ, ਔਰ ਇਹਨਾਂ ਨੇ ਇਹ ਹਾਲਾਤ ਨਹੀਂ ਰੱਖੇ, ਵਿਚਾਰੇ ਪਾਸਪੋਰਟ ਬਣਾ। ਮੈਨੂੰ ਗੱਲ ਇਹ ਜਵਾਬ ਦੇਣਗੇ, ਜਿਹੜੇ 94% ਲੋਕ ਮੂਲ ਛੱਡ ਕੇ ਜਾਣਾ ਚਾਹ ਰਹੇ, ਬਦਕਿਸਮਤ ਨਹੀਂ ਕਿ ਕਿੰਨਾ ਗ੍ਰੇਟ ਵਜ਼ੀਰ ਆਜ਼ਮ, ਮੀਆਂ ਦੀ ਜ਼ਿਆਰਤਾਂ, ਸ਼ਬਾਜ਼ ਦੀ ਜ਼ਿਆਰਤਾਂ, ਹਮਜ਼ਾ ਦੀ ਜ਼ਿਆਰਤਾਂ, ਆਪੀ ਦੀ ਜ਼ਿਆਰਤਾਂ ਹੋਣ ਕੇ ਇਹ ਬਦਕਿਸਮਤਾਂ ਨੂੰ ਬਾਹਰ ਜ਼ਿਆਰਤਾਂ ਲੱਭਣੀਆਂ ਨੇ। ਭਾਈ ਮੀਆਂ ਖਾਨ ਵਾਲੀ ਸਾਊਦੀ ਅਰਬ ਦੀ ਫੈਕਟਰੀ ਆਵੇ, ਉੱਥੇ ਲਿਖ ਕੇ ਲਾਇਆ ਪਾਕਿਸਤਾਨੀ ਦੀ ਐਂਟਰੀ। ਤੁਸੀਂ ਮੀਆਂ ਦੀ ਘੁੰਮ ਚ ਬਾਹਰ ਜਾ ਸਕਦੇ ਹੋ? ਮੈਂ ਕਿਹ ਨਹੀਂ ਜਾਂਦਾ, ਮੈਂ ਆਪਣੇ ਮੁਲਕਾਂ ਨੂੰ ਛੱਡਾਂ। ਇੱਥੇ ਮੀਆਂ ਦੀ ਜ਼ਿਆਰਤ ਬਾਹਰ ਤੇ ਨਹੀਂ ਹੋਣੀ, ਇੱਥੇ ਬਾਹਰ ਸਕੂਨ ਹੈ। ਇਹਨਾਂ ਨੂੰ ਪੂਰਾ ਮਹੀਨੇ ਦੀ ਤਨਖਾਹ ਮਿਲ ਜੀ ਘਰ ਬੈਠੋ, ਇਹਨਾਂ ਦੇ ਚਿਹਰੇ ਤੇ ਲਿਖਿਆ ਜੇ ਅਯਾਰੀ ਤੇ ਮਕਾਰੀ। ਕੋਈ ਬੰਦਾ ਇੱਥੇ ਖਲੋਤਾ ਬੋਲਦਾ ਪਿਆ, ਯਾ ਖੁਦਾ ਦਾ ਖੌਫ ਕਰ, ਕਿਹੜੀ ਜਗ੍ਹਾ ਤੇ ਖਲੋਤਾ ਕਰਨ ਦਾ? ਸਾਨੂੰ ਦੱਸੋ ਬੰਦ ਕਰ ਦੇ ਲੋ ਕੋਣ ਮੈਂ ਹੋਰ ਕਿਸ ਤਰ੍ਹਾਂ ਕੋ ਲਾਜੀ ਬਿਜਲੀ ਯਾ ਤੇ ਡਿਫੈਂਡ ਕਰਨ ਕਿ ਬਿਜਲੀ ਦਾ ਯੂਨਿਟ 10 ਰੁਪਏ ਦੇ ਹਾਂ ਸੇ ਹੁਣ 20 ਹੋ ਗਿਆ, 30 ਵੀ ਸਾਨੂੰ ਮੰਨ ਕਰਨ ਮੀਆਂ ਦੀ ਮੁਹੱਬਤ ਚ ਬਰਦਾਸ਼ਤ ਕਰ ਲੋ, ਕਹਿ ਦੋ ਮੀਆਂ ਦੀ ਮੁਹੱਬਤ ਚ ਬਰਦਾਸ਼ਤ ਕਰੋ, ਕੀ ਹੋ ਗਿਆ? ਬੱਚਿਆਂ ਨੂੰ ਆਪਣੇ ਨਾਲ ਮਾਰੋ, ਫਿਰ ਲੈ ਕੇ ਜਾਓ ਜਿਨ੍ਹਾਂ ਦੇ ਬਿੱਲ ਦੋ, ਉਹਨਾਂ ਦੇ ਬਿੱਲ 5 ਸਾਲ ਕੇ ਲੋਕ ਦਵਾ ਲਗੇ, ਉਦੋਂ ਸਾਡੀ ਦੇ ਬੱਚੇ ਮਰੇ, ਉਦੋਂ ਬਰਦਾਸ਼ਤ ਨਹੀਂ ਬਣਾਣ ਗਾ ਭਾਈ। 10 ਰੁਪਏ ਦਾ ਯੂਨਿਟ ਸੀ, 10 ਰੁਪਏ ਦਾ ਬਿਜਲੀ ਦਾ ਯੂਨਿਟ, ਇਹਨਾਂ ਕੋਲ ਪੁੱਛੋ ਕਿੰਨੇ ਦਾ ਪੈ ਰਿਹਾ ਸਾਨੂੰ, ਮੈਨੂੰ ਨਹੀਂ ਪਤਾ ਕਿੰਨੇ ਦਾ ਪੈ ਰਿਹਾ ਜੀ। ਮੀਆਂ ਸਾਹਿਬ ਨੇ 1999 ਦੇ ਵਿੱਚ ਪਿੱਛੇ ਨਹੀਂ ਕਰਨਾ, ਮਾਈਤਾ ਜੀ ਫੜ ਕੇ ਰੱਖਿਆ ਹੈ, ਨਹੀਂ ਨਹੀਂ ਪਿੱਛੇ ਨਹੀਂ ਕਰਦੇ ਨੇ, ਨਹੀਂ 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 ਨਹੀਂ, ਇਹਨਾਂ ਕੋਲ ਪਿਆਨੀਆਂ ਚੜਾਉਂਦੇ ਨੇ, ਐਸੋ ਮੈਂ ਫੜ ਕੇ ਰੱਖਿਆ, ਨਾਸ ਜਾਂਦੇ ਨੇ, ਗੱਲ ਪੂਰੀ ਨਹੀਂ ਸੁਣਦੇ। ਅੱਜ ਤੁਸੀਂ ਬਿਲਾਸ ਨਹੀਂ ਹਿੰਮਤ ਨਹੀਂ ਕੀ, ਤੁਸੀਂ ਟਿਕਟੋਕ ਵੇਖਦੇ ਹੋ? ਮੈਂ ਸਾਰਾ ਕੁਝ ਦੇਖਣਾ, ਮੈਨੂੰ ਸਾਰਾ ਪਤਾ ਹੈ, ਮੈਂ ਨਸਣ ਵਾਲਾ ਨਹੀਂ ਹੈਗਾ, ਤੁਸੀਂ ਗਲਤ ਗੱਲ ਕਰ ਰਹੇ ਹੋ, ਮੈਂ ਛੱਡੋ, ਤੁਸੀਂ ਮੇਰੀ ਕ੍ਰੈਡੀਬਿਲਿਟੀ ਚੈਲੰਜ ਕਰ, ਮੈਂ ਤੁਹਾਡਾ ਚੈਨਲ ਵੇਖਣਾ ਵਾ, ਮੈਂ ਤੁਹਾਡੇ ਵੀ ਵੇਖਣਾ, ਮੈਨੂੰ ਪਤਾ ਨਸਣਾ ਨਹੀਂਗਾ, ਨਹੀਂ ਨਸਦਾ ਮੈਂ। 1999 ਵਿੱਚ ਮੀਆਂ ਸਾਹਿਬ ਨੇ ਕਿੰਨੇ ਪਲਾਂਟ ਲਾਏ ਨੇ? ਇੱਕ ਪਲਾਂਟ, ਦੋ ਪਲਾਂਟ ਲਾਏ ਨੇ, ਜਿੱਦਾਂ ਯੂਨਿਟ ਸਾਨੂੰ 745 ਰੁਪਏ ਦਾ ਪੈ ਰਿਹਾ, 745 ਰੁਪਏ ਦਾ ਇੱਕ ਯੂਨਿਟ ਨਹੀਂ ਬਣਾ ਰਿਹਾ, ਅਸੀਂ ਬੰਦ ਹੈਗਾ ਜੇ, 30 ਸਾਲ ਦਾ ਉਹਨਾਂ ਮੁਆਇਦਾ, ਕੌਣ ਦੇ ਰਿਹਾ ਸਬਸਿਡੀ ਬਿੱਲ, ਇਹ ਕੌਣ ਦੇ ਰਿਹਾ ਜੇ? ਆਵਾਮ ਦੇ ਰਹੀ ਜੇ, 745 ਰੁਪਏ ਦਾ ਬਿੱਲ, ਇੱਕ ਯੂਨਿਟ ਪੈ ਰਿਹਾ ਸਾਨੂੰ, ਆਵਾਮ ਦੇ ਰਹੀ। ਸ਼ਬਾਸ਼ ਸ਼ਰੀਫ ਨੇ ਕਹਾ ਨਹੀਂ, ਅਸੀਂ ਸਿਆਸਤ, ਅਸੀਂ ਆਪਣੀ ਸਿਆਸਤ ਪਰ ਬਾਹਰ ਕਿਉਂ ਉੱਠ ਗਿਆ? ਇੱਕ ਹੋਰ ਯੂਨਿਟ ਹੈਗਾ, ਇੱਕ ਹੋਰ ਯੂਨਿਟ ਜਿਹਨਾਂ ਇਹਨਾਂ ਨੇ ਲਾਇਆ, 175 ਰੁਪਏ ਦਾ ਪੈ ਰਿਹਾ, ਇੱਕ 445 ਰੁਪਏ ਦਾ ਪੈ ਰਿਹਾ, ਇਹ ਕੌਣ ਦੇ ਰਿਹਾ ਬਿੱਲ? ਇਹ ਯੂਨਿਟ ਨਹੀਂ ਬਣਾ ਰਹੇ, ਬਿਜਲੀ ਨਹੀਂ ਬਣਾ ਰਹੇ, ਬੰਦ ਹੈਗੇ ਨੇ ਕਾਰਖਾਨੇ ਸਾਰੇ, ਆਵਾਮ ਦੇ ਰਹੀ ਹੈ ਪਲਿਓ ਪੈਸੇ ਦੇ ਲਾ ਕੇ, ਬਿੱਲ ਦੇ ਰਹੀ ਹੈ, ਹਾਜੀ ਖਤਮ ਹੋ ਗਿਆ ਨਾ, ਆਵਾਮ ਨੂੰ ਇਹਨਾਂ ਨੇ ਆਵਾਮ ਨੂੰ ਨਾ ਅਜ਼ਾਬ 'ਚ ਸੁੱਟਿਆ। ਇੱਕ ਗੱਲ ਸੁਣੋ, ਹਾਂਜੀ, ਇੱਕ ਮਿੰਟ, ਇਹ ਕਹਿੰਦੇ ਨੇ ਸਾਡਾ ਮੇਰੇ ਹੈਵਾਨ, ਇੱਕ ਮਿੰਟ, ਇਹਨਾਂ ਨੂੰ ਬੋਲਣ ਦੇ, ਬੋਲਣ ਦੇ, ਮੈਂ ਸਭ ਦੋ ਮਿੰਟ ਕਰ ਰਿਹਾ, ਆਹ ਵਾਹ, ਇਹ ਕਹਿ ਰਹੇ ਨੇ ਸਾਡੇ ਹੈਰਵਾਨ ਨੇ, ਨਵਾਜ਼ ਸ਼ਰੀਫ ਦਾ ਮੂਲੀ ਗੱਲ ਹੈ, ਕਿੱਥੇ ਹੈਰਵਾਨ ਹੈ ਤੁਹਾਡੇ, ਦੱਸੋ ਕਿਹਨੇ ਦਾ ਬਿੱਲ ਤੁਸੀਂ ਦੇ ਰਹੇ ਹੋ? ਕਿਸ ਤਰ੍ਹਾਂ ਬਿੱਲ ਇਸਤੇਮਾਲ ਨਹੀਂ ਕਰਦੇ ਪਏ? ਹੈ ਇਸਤੇਮਾਲ ਵੀ ਕਰਨੇ ਜਿਹੜੇ ਕਰ, ਹੈ ਕੀ ਇਸਤੇਮਾਲ ਕਰ, ਇਸਤੇਮਾਲ ਕਰਨੇ ਪਏ ਬਿੱਲ? ਐ ਸਾਰੀ ਹੱਜ ਹੋ ਗਿਆ, ਹੱਜ ਹੋ ਗਿਆ ਕਿ ਨਹੀਂ? ਖਤਮ, ਐ ਸਾਰੀ ਜਿੰਨੀਆਂ ਕੰਕਰੀਆਂ ਤੁਹਾਨੂੰ ਪੈਣੀਆਂ ਨੇ ਨਾ ਭਾਈਓ ਨੇ, ਜਿੰਨੀਆਂ ਕੰਕਰੀਆਂ ਤੁਹਾਨੂੰ ਪੈਣੀਆਂ ਨੇ ਨਾ, ਆਵਾਮ ਨੇ ਹੱਜ ਇੱਥੇ ਹੀ ਕਰ ਲੈਣੀ। ਇੱਕ ਮਿੰਟ, ਇਹ ਮੇਰੀ ਗੱਲ ਯਾਦ ਰੱਖਣਾ, ਅਲੇ ਬੋਲਣ ਦਾ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ ਤੁਹਾਡਾ, ਜਿੰਨੀਆਂ ਕੰਕਰੀਆਂ ਪੈਣੀਆਂ ਨੇ ਹੁਣ ਸ਼ੁਰੂ ਹੋ ਗਈਆਂ, ਕੰਕਰੀਆਂ ਪੈਣੀਆਂ ਨੇ ਉੱਥੇ ਸ਼ੈਤਾਨ ਨੂੰ ਪੈਂਦੀਆਂ, ਇੱਥੇ ਤੁਹਾਨੂੰ ਪੈਣੀਆਂ ਨੇ, ਇਹ ਮੇਰੀ ਗੱਲ ਯਾਦ ਰੱਖਣਾ। ਇਹਦੀ ਵਜ੍ਹਾ ਤੋਂ ਨਾ ਨੂਨ ਲੀਗ ਬਦਨਾਮ ਹੋ ਰਹੀ ਹੈ, ਇਹ ਨਾ ਬੋਲਦਾ,
ਤੇ ਕੁਛ ਨਹੀਂ ਹੋਣਾ ਸੀ। ਉਹ ਯਾਰ ਕੋਈ ਹੋਰ ਬੋਲਣ ਵਾਲਾ ਹੈ, ਉਹ ਪਤਾ ਨਹੀਂ ਕੀ ਬਾਊ ਜਿਹਾ ਬਣ ਕੇ ਆ ਗਏ, ਇਹਨੂੰ ਮਹੀਨੇ ਦੀ ਤਨਖਾਹ ਮਿਲ ਗਈ ਪੱਕੀ ਪੱਕੀ, ਮੈਂ ਤੁਹਾਨੂੰ ਸਹੀ ਕਹਿ ਰਿਹਾ ਯਾਰਾ ਡਾਕਟਰ ਸਾਹਿਬ ਹਰ ਕਿਸੇ ਦੇ ਬੰਦ ਹੁੰਦੇ ਨੇ, ਇੱਥੇ ਜਿੰਨੀ ਦੁਨੀਆ ਖਲੋਤੀ ਹੈ ਨਾ, ਇਹ ਤੁਹਾਨੂੰ ਚਿਹਰੇ ਦੱਸਦੇ ਪਏ ਨੇ ਬੇਚਾਰੇ ਕੀ ਕਹਿਣਾ ਚਾਹੁੰਦੇ ਦੇਖੋ ਸਾਡੀ ਗੱਲ ਮੇਰੀ ਗੱਲ ਨਹੀਂ ਬੋਲਦੇ ਉਹ ਬੰਦਾ ਸੀ ਜਿਹੜਾ ਬੋਲਣਾ ਬੰਦ ਜ਼ਿੰਦਾਬਾਦ।